ਗੁਰਦੁਆਰੇ ਉੱਚੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੀਲਪੁੱਛ ਫੈਕਟਰੀ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਕਿਲ੍ਹੇ ਅੱਜ ਦੇ ਇਸ ਸ਼ੁਭ ਕੰਮ ਜਿਸ ਤੋਂ ਸਾਡਾ ਨੌਜਵਾਨ ਬੱਚਾ ਉਹਨਾਂ ਤੋਂ ਜਾ ਰਿਹਾ ਹੈ ਉਸਨੂੰ ਆਪਣੇ ਹਿੱਸੇ ਦੇ ਨਾਲ ਜੋੜਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ ਕਿ ਜਿਹੜੇ ਸਾਡੇ ਬੱਚੇ ਹੈ ਇਹ ਸਿਰ ਤੇ ਸੋਹਣੀਆਂ ਦਸਤਾਰਾਂ ਸਜਾਉਣ ਸੋ ਇਸ ਦਸਤਾਰ ਕੰਪੀਟੀਸ਼ਨ ਦੀ ਆਰੰਭਤਾ ਕਰਨ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਪਾਸੋਂ ਅਸੀਂ ਇੱਕ ਅਰਦਾਸ ਯਾਤਰਾ ਕਰਨੀ ਹੈ ਕਿ ਇਹ ਜਿਹੜੀ ਸਾਡੀ ਦਸਤਾਰ ਹੈ ਹਮੇਸ਼ਾ ਜਦ ਤੱਕ ਸਾਡੇ ਸਵਾਸ ਨੇ ਇਹ ਸਿੱਖੀ ਜਿਹੜੀ ਹੈ ਸਾਡੀ ਕੇਸਾਂ ਸਵਾਸਾਂ ਨਾਲ ਲਿਵੇ ਅਤੇ ਦਸਤਾਰ ਸਾਡੇ ਸਿਰ ਦਾ ਜਿਹੜਾ ਤਾਜ ਹੈ ਇਹ ਹਮੇਸ਼ਾ ਲਈ ਕਾਇਮ ਰਹੇ ਸੋ ਜਿਤਨੇ ਵੀ ਆਲਮੇ ਬੈਠੇ ਨੇ ਜਾਂ ਖੜ੍ਹੇ ਨੇ ਉਹਨਾਂ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਓ ਪਹਿਲਾਂ ਅਸੀਂ ਮਾਲਕ ਦੇ ਕੋਲੋਂ ਅਰਦਾਸ ਬੇਨਤੀ ਕਰੀਏ ਅਤੇ ਅਸੀਂ ਅਗਲੀ ਕਾਰਵਾਈ ਕਰਾਂਗੇ ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਅਰਦਾਸ ਆਰੰਭ ਕਰਨ ਭਾਈ ਸਾਹਿਬ ਰਿਸ਼ਨਾ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੰਤਰ ਕੀ ਸਰਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚੌਲੇ ਕੁੱਤਿਆਂ ਹੱਟੀਆਂ ਜੱਫੀਆਂ ਸਭਿਆ ਜਿਨ੍ਹਾਂ ਕਰਨ ਜੱਫਿਆ ਵੰਡ ਛਕਿਆ ਦੇਖ ਲਾਈ ਦੇ ਗਵਾਈ ਦੇ ਪਿਆਂ ਡਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਮੁਰਣਾ ਜੀ ਜਿਨ੍ਹਾਂ ਸੰਗਤਾਂ ਸੁਣੀ ਵਾਲੇ ਧਰਮੇ ਸਿਰ ਦਿੱਤੀ ਬੰਦ ਬੰਦ ਕਟਵਾਏ ਆਰਿਆ ਨਾ ਚੜਾਏ ਦੇ ਸਿੱਖੀ ਕਿਰਸਾਂ ਸਵਾਸਾਂ ਤੱਕ ਟਿਕਾਈ ਤੇਰੇ ਭਾਣ ਨੂੰ ਬੱਚਾ ਕਰਕੇ ਗਾਉਂਦਿਆਂ ਧਰਮ ਨੇ ਤਾਰਿਆ ਗੁਰਦੁਆਰੇ ਸੇਵਾ ਸੰਭਾਲ ਕੇ ਕੁਰਬਾਨੀਆਂ ਕੀਤੀਆਂ ਤੇ ਨਾਮ ਸਿੰਘਾਂ ਸਿੰਘਣੀਆਂ ਆਪ ਚੰਗੀਆਂ ਦੀ ਧਰਮ ਕਮਾਈ ਦਾ ਧਰਤੀ ਮੁਰਨਾ ਜੀ ਪੰਜਾਂ ਤਖਤਾਂ ਸੁਣ ਗੁਰਦੁਆਰਿਆਂ ਦਾ ਧਨ ਧਰਤੀ ਮੁਰਨਾ ਜੀ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੀ ਦੇਸ਼ਾਂ ਨੂੰ ਕਮਲਾ ਕਰਕੇ ਨਾਮ ਦੇ ਜੀ ਆਪ ਜੀ ਬੱਚੀ ਉਦਰ ਸਾਹਿਬ ਜੀ ਪਿਤਾ ਵਾਹਿਗੁਰੂ ਜੀ ਹੋ ਕਿਰਪਾ ਕਰੋ ਸੱਚੇ ਪਿਤਾ ਸਾਹਿਬ ਕਾਮੇ ਰੰਗ ਕਰਨ ਦੀ ਆਗਿਆ ਕੋਸ਼ਿਸ਼ ਕਰੋ ਤੁਹਾਨੂੰ ਸਾਸਨ ਦੇ ਸਕਤੇ ਮੇਰਾ ਕਰਮਾਂ ਨਾਲ ਬੱਚਾ ਸਕਤੇ ਮੇਰਾ ਸ੍ਰੀ ਪਿਤਾ ਵਾਹਿਗੁਰੂ ਜੀ ਹੋ ਆਪ ਕਿਰਪਾ ਕਰਕੇ ਸੱਚੇ ਪਿਤਾ ਵਾਹਿਗੁਰੂ ਜੀ ਸੱਚੇ ਪਿਤਾ ਵਾਹਿਗੁਰੂ ਜੀ ਆਪ ਕਿਰਪਾ ਕਰਕੇ ਇੱਕ ਕੇਸਾਂ ਦੀ ਸੰਭਾਲ ਤੇ ਦੂਸਰਾ ਇੱਕ ਪਛਾਣ
ਇੱਕ ਗੁਰੂ ਦਾ ਸਿੰਘ ਇਹ ਸਭ ਸੂਰਤ ਦੁਨੀਆ ਦੇ ਕਿਸੇ ਵੀ ਕੋਨੇ ਚ ਹੋਵੇਗਾ ਤੇ ਉਹਨੂੰ ਆਪਣੀ ਪਛਾਣ ਦੱਸਣ ਦੀ ਲੋੜ ਨਹੀਂ ਪਵੇਗੀ। ਉਹ ਆਪਣੇ ਆਪ ਦੇ ਵਿੱਚ ਇਹ ਪਛਾਣ ਹੈ ਕਿ ਇਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਿੰਘ ਹੈ ਕਿਉਂਕਿ ਜਦੋਂ ਚਾਂਦਨੀ ਚੌਂਕ ਦੇ ਵਿੱਚ ਪਾਤਸ਼ਾਹ ਜੀ ਦੇ ਸੀਸ ਨੂੰ ਚੱਕਣ ਵਾਸਤੇ ਭਾਈ ਜੈਤਾ ਜੀ ਲੈ ਕੇ ਆਨੰਦਪੁਰ ਸਾਹਿਬ ਆਏ ਤੇ ਉੱਥੇ ਪਾਤਸ਼ਾਹ ਜੀ ਨੇ ਇੱਕ ਵਚਨ ਕੀਤਾ ਭਾਈ ਜੈਤਾ ਜੀ ਦੇ ਨਾਲ ਕਿ ਉੱਥੇ ਸਿੱਖ ਨਹੀਂ ਸਨ, ਇਹ ਸੀ ਚੱਕਣ ਵਾਸਤੇ ਕਹਿਣ ਲੱਗੇ ਸਿੱਖ ਤਾਂ ਸਨ ਪਰ ਚੱਕਣ ਵਾਲਾ ਕੋਈ ਨਹੀਂ ਸੀ ਤੇ ਪਾਤਸ਼ਾਹ ਨੇ ਇੱਕ ਵਚਨ ਕਿਹਾ ਦੇ ਮੈਂ ਇਹੋ ਜਿਹਾ ਇੱਕ ਸਿੰਘ ਇਹ ਖਾਲਸਾ ਇਹ ਸਿੱਖ ਤਿਆਰ ਕਰੂੰਗਾ। ਉਹ ਆਪਣੇ ਆਪ ਨੂੰ ਆਪਣੀ ਪਛਾਣ ਨੂੰ ਭਾਵੇਂ ਉਹ ਜਿੱਥੇ ਮਰਜ਼ੀ ਲਗਾਵੇ ਪਰ ਲੋਕ ਕਹਿਣਗੇ ਉਹਨੂੰ ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ। ਕਿਉਂਕਿ ਇੱਕ ਵਾਰ ਮੈਂ ਪਟਨਾ ਸਾਹਿਬ ਦੀ ਧਰਤੀ ਤੇ ਇੱਕ ਗੁਰਮੁਖ ਆਇਆ ਹੈ ਜਿਹਦਾ ਨਾਂ ਸੀ ਜਸਪਾਲ ਸਿੰਘ। ਜਦੋਂ ਉੱਥੇ ਦਸਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ ਤਾਂ ਉੱਥੇ ਉਸ ਬੱਚੇ ਨੇ ਆਪਣੀ ਇੱਕ ਕਹਾਣੀ ਨੂੰ ਬਿਆਨ ਕੀਤਾ। ਉਹਨੇ ਦੱਸਿਆ ਕਿ ਮੈਂ ਬੰਬੇ ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਪੜ੍ਹਦਾ ਸੀ ਤਾਂ ਖਾਲਸਾ ਕਾਲਜ ਦੇ ਵਿੱਚ ਪੜ੍ਹਦਿਆਂ ਕਿਸੇ ਨੇ ਕਿਹਾ ਵੀ ਆਪਾਂ ਜਿਹੜਾ ਹੈ ਨਾ ਜਿਹੜੇ ਉੱਥੇ ਮੁਕਾਬਲੇ ਹੁੰਦੇ ਆ ਇਹ ਸੁੰਦਰ ਮੁਕਾਬਲੇ ਤੇ ਉਹਦੇ ਮੁਕਾਬਲਿਆਂ ਦੇ ਵਿੱਚ ਭਾਗ ਲੈ ਤੇ ਜਸਪਾਲ ਸਿੰਘ ਜੀ ਨੇ ਵੀ ਇਹ ਕਿਹਾ ਵੀ ਚੱਲ ਠੀਕ ਆ ਮੈਂ ਵੀ ਉਹਦੇ 'ਚ ਭਾਗ ਲਵਾਂਗਾ ਤੇ ਉਹਦੇ ਨਾਲ ਦੇ ਕੁਝ ਮੁੰਡਿਆਂ ਨੇ ਕਿਹਾ ਵੀ ਤੂੰ ਤਾਂ ਯਾਰ ਸਾਫ਼ ਸੁਰਤ ਸਰਦਾਰ ਹੈ ਤੇ ਇਹ ਇੰਨਾ ਸੋਹਣਾ ਨਹੀਂ ਲੱਗੇਗਾ ਤੂੰ ਕਿਵੇਂ ਇਹਦੇ ਵਿੱਚ ਮੁਕਾਬਲਿਆਂ 'ਚ ਭਾਗ ਲਵੇਗਾ। ਪਰ ਉਸਨੇ ਕਿਹਾ ਨਹੀਂ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਮੈਂ ਇਹ ਗੱਲ ਨੂੰ ਸਾਬਤ ਕਰਾਂਗਾ। ਜਿਹਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਵਚਨ ਕਿਹਾ ਸੀ ਕਿ ਮੇਰਾ ਸਿੱਖ ਜਿਹੜਾ ਉਹ ਦੁਨੀਆਂ ਤੋਂ ਭਾਵੇਂ ਕਿਤੇ ਵੀ ਕੋਨੇ ਚੱਲ ਜਾਏ ਕੋਈ ਅਲੱਗ ਉਹਦੀ ਪਹਿਚਾਣ ਹੋਵੇਗੀ ਤੇ ਉਸਨੇ ਜਦੋਂ ਬੰਬੇ ਦੇ ਵਿੱਚ ਮੁਕਾਬਲੇ ਹੋਏ ਤਾਂ ਉਹ ਜਸਪਾਲ ਸਿੰਘ ਨੇ ਉਹਦੇ ਵਿੱਚ ਭਾਗ ਲਿਆ ਉੱਥੇ ਉਹ ਚੁਣਿਆ ਗਿਆ। ਜਿਹੜੇ ਉਹਦੇ ਨਾਲ ਕੁਝ ਮੁੰਡੇ ਜਿਹਨਾਂ ਨੇ ਕੇਸ ਕਟਾ ਕੇ ਵੀ ਠੀਕ ਹੈ ਜੀ ਸਰਦਾਰਾਂ ਦੇ ਵਿੱਚ ਸੋਹਣਾ ਪਣ ਨਹੀਂ ਲੱਗਦਾ ਤੇ ਮੈਂ ਇੱਦਾਂ ਕਰਦਾ ਕੇਸ ਕਟਾ ਕੇ ਉਹਦੇ 'ਚ ਭਾਗ ਲਵਾਂਗਾ ਤੇ ਉਹਦੇ 'ਚ ਮੈਂ ਜਿਹੜਾ ਮੁਕਾਬਲੇ ਚੱਕ ਕੇ ਪਹੁੰਚ ਜਾਵਾਂਗਾ। ਉਸ ਜਸਪਾਲ ਸਿੰਘ ਨੇ ਜਦੋਂ ਉੱਥੇ ਵਿਖਿਆ ਚਲਾਏ ਮੈਂ ਵੀ ਉਹਦੇ ਵਿੱਚ ਬੈਠਾ ਸੀ ਪਰ ਉਹਨੇ ਜਦੋਂ ਇਹ ਗੱਲ ਕਹੀ ਕਿ ਜਦੋਂ ਮੈਂ ਉੱਥੇ ਚੁਣਿਆ ਗਿਆ ਉਸ ਤੋਂ ਬਾਅਦ ਅਗਲਾ ਮੁਕਾਬਲਾ ਸੀ ਨਾਰਵੇ ਦੇ ਵਿੱਚ ਤੇ ਨਾਰਵੇ ਦੇ ਵਿੱਚ ਕਿਉਂਕਿ ਜਦੋਂ ਘਰ ਗਿਆ ਤੇ ਆਪਣੇ ਉਹ ਬਾਬਾ ਫੈਮਲੀ ਆ ਬੰਬੇ ਦੇ ਵਿੱਚ ਬੜੀ ਲਾਇਕ ਹਮੇਸ਼ਾ ਉਹ ਪਟਨਾ ਸਾਹਿਬ ਦੇ ਵਿੱਚ ਬਿਦਰ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਬਹੁਤ ਸੇਵਾਵਾਂ ਕਰਦੇ ਤੇ ਉਸ ਬੱਚੇ ਨੇ ਉੱਥੇ ਗੱਲ ਕਹੀ ਕਿ ਜਦੋਂ ਮੈਂ ਆਪਣੇ ਪਿਤਾ ਜੀ ਕੋਲ ਗਿਆ ਮੈਂ ਕਿਹਾ ਜੀ ਮੈਂ ਇਹਦੇ 'ਚ ਮੁਕਾਬਲੇ 'ਚ ਹਿੱਸਾ ਲੈਣਾ ਚਾਹੁੰਦਾ। ਉਹਨੇ ਉਸ ਨੂੰ ਨਾ ਪਟਨਾ ਸਾਹਿਬ ਜੀ ਦੀ ਫੋਟੋ ਦਿੱਤੀ ਗੁਰਦੁਆਰਾ ਸਾਹਿਬ ਜੀ ਨੂੰ ਇਹ ਨਾਲ ਕਿਹਾ ਪੁੱਤਰ ਕੋਲ ਜਦੋਂ ਵੀ ਇਹ ਕੰਮ ਕਰਨਾ 24 ਸਾਲ ਦਾ ਪਾਠ ਜ਼ਰੂਰ ਕਰ। ਉਹ ਗੁਰਮੁਖ ਪਿਆਰਾ ਕਹਿਣ ਲੱਗਾ ਜਦੋਂ ਮੈਂ ਉੱਥੇ ਗਿਆ ਨਾਰਵੇ ਦੇ ਵਿੱਚ ਸਾਰੇ ਜਿਹੜੇ ਮੁਕਾਬਲੇ 'ਚ ਚੁਣੇ ਗਏ ਲੋਕ ਤਾਂ ਉੱਥੇ ਜਦੋਂ ਇੱਕ ਰੈਪ ਦੇ ਉੱਤੇ ਲਗਾਇਆ ਜਾਂਦਾ ਬੱਚਿਆਂ ਨੂੰ ਤਾਂ ਰੈਪ ਦੇ ਲੰਘਣ ਦੇ ਬਾਅਦ ਜਿੰਨੇ ਵੀ ਕਹਿੰਦਾ ਮੇਰੇ ਤੋਂ ਪਹਿਲਾਂ ਬੰਬੇ ਦੇ ਗਏ ਸੀ ਉਹ ਸਾਰੇ ਬਾਹਰ ਹੋ ਗਏ ਤੇ ਮੈਂ ਉਹਦੇ ਪਿਆਰ ਦੇ ਵਿੱਚ ਭਿੱਜਾ ਹੋਇਆ ਬੈਠਾ ਸਾਂ ਤੇ ਮੈਂ ਇੱਕ 24 ਸਾਲ ਦਾ ਪਾਠ ਕਰਦਾ ਸੀ ਤਾਂ ਮੈਂ ਇੱਕ ਬੇਨਤੀ ਕਰਦਾ ਸਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅੱਜ ਮੈਂ ਇਹ ਸਾਬਤ ਕਰਨਾ ਚਾਹੁੰਦਾ। ਜੋ ਕਹਿੰਦੇ ਕਿ ਸਾਫ਼ ਸੁਰ ਦੇ ਉੱਤੇ ਸੋਹਣਾ ਨਹੀਂ ਲੱਗਦਾ ਕਿ ਪਾਤਸ਼ਾਹ ਮੇਰੇ ਤੇ ਕਿਰਪਾ ਕਰੀ ਅੱਜ ਮੈਂ ਇਹ ਸਾਬਤ ਕਰਨਾ ਚਾਹੁੰਦਾ ਕਿ ਸਿੱਖ ਜਿਹੜਾ ਤੇਰਾ ਸਿੱਖ ਹੈ ਇਹ ਦੁਨੀਆ ਤੋਂ ਸਭ ਤੋਂ ਸੋਹਣਾ ਹੈ। ਇਹ ਮੈਂ ਸਾਬਤ ਕਰ ਲਈ ਮੈਂ ਇੱਥੇ ਉਹ ਬੈਠਾ ਗੁਰੂ ਦਾ ਸਿੱਖ ਉਹ ਬੱਚਾ ਉਹਦੀ ਭਾਵਨਾ ਦੇਖੋ ਉਹ ਬੈਠਾ ਹੋਇਆ ਅਰਦਾਸ ਬੇਨਤੀਆਂ ਕਰਦਾ ਕਿ ਮਾਲਕਾ ਕਿਰਪਾ ਕਰੀ ਅੱਜ ਮੈਂ ਇਹ ਸਾਬਤ ਸ਼ੁਰੂ ਕਰਨਾ ਚਾਹੁੰਦਾ। ਉਹ ਅਰਦਾਸ ਬੇਨਤੀਆਂ ਕਰਦੇ ਨੇ ਉਸ ਬੱਚੇ ਨੇ ਇੰਨਾ ਪਿਆਰ ਦੀ ਭਾਵਨਾ ਬਣ ਗਈ ਕਿ ਉਸ 24 ਸਾਲ ਦਾ ਪਾਠ ਸ਼ੁਰੂ ਨੇ ਕੀਤਾ। ਜਦੋਂ ਉਹਦੀ ਰੈਂਪ ਤੇ ਵਾਰੀ ਆਈ ਉਹ ਰੈਂਪ ਤੇ ਲੰਘੇ ਹੋਏ ਜਦੋਂ ਤੁਰਿਆ ਉਸਦੇ ਮਾਲਕ ਦੀ ਇੱਕ ਕਿੰਨੀ ਕਿਰਪਾ ਕਿ ਸਾਰੇ ਜੱਜਾਂ ਦੀ ਕੀ ਦਸਮ ਪਾਤਸ਼ਾਹ ਦੀ ਬਖਸ਼ਿਸ਼ ਹੋਈ ਉਹ ਜਿਹੜਾ ਕਿ ਉੱਥੇ ਨਾਰਵੇ ਦੇ ਵਿੱਚ ਉਹ ਸਭ ਤੋਂ ਸੁੰਦਰ ਜਿਹੜਾ ਉਹ ਸਿੰਘ ਚੁਣਿਆ ਗਿਆ। ਉੱਥੇ ਜੋ ਜੱਜਾਂ ਨੇ ਸਵਾਲ ਕੀਤਾ ਉਹਨੂੰ ਕਹਿਣ ਲੱਗੇ ਵੀ ਦੇਖ ਦੁਨੀਆ ਦੇ ਹਰ ਲੋਕ ਨੂੰ ਚਾਹੇ ਉਹ ਗੋਰਾ ਅਮਰੀਕਾ ਦਾ ਚਾਹੇ ਉਹ ਕੈਨੇਡਾ ਦਾ ਚਾਹੇ ਕਿਸੇ ਦੇਸ਼ ਦਾ ਹੈ ਉਹਨੂੰ ਦੱਸਣਾ ਪਊਗਾ ਕਿ ਮੈਂ ਇਸ ਕੰਟਰੀ ਨੂੰ ਬਲੀਵ ਕਰਦਾ ਭਾਵੇਂ ਉਹ ਗੋਰਾ ਹੈ ਪਰ ਉਹ ਜੇ ਅਮਰੀਕਾ ਦਾ ਕਹੂਗਾ ਮੈਂ ਬਲੀਵ ਟੂ ਕੰਟਰੀ ਅਮਰੀਕਾ ਨੂੰ ਬਲੀਵ ਕਰਦਾ ਮੈਂ ਉਹਨੂੰ ਕਰਦਾ ਉਹਨੂੰ ਆਪਣੀ ਪਛਾਣ ਦੱਸਣੀ ਪਊਗੀ। ਫਿਰ ਉੱਥੇ ਉਸ ਬੱਚੇ ਨੇ ਗੱਲ ਕੀ ਕਹਿਣ ਲੱਗਾ ਮੇਰੇ ਪਾਤਸ਼ਾਹ ਨੇ ਇੰਨੀ ਬਖਸ਼ਿਸ਼ ਕੀਤੀ ਇਹ ਦਸਤਾਰ ਬਖਸ਼ਿਸ਼ ਕੀਤੀ
ਮੇਰਾ ਦਸੋਂ ਪਾਤਸ਼ਾਹ ਦਾ ਉਹ ਜਿਹੜਾ ਸਿੱਖ ਹੈ ਉਹ ਦੁਨੀਆ ਦੇ ਕਿਸੇ ਕੋਨੇ 'ਚ ਵੀ ਜਾਏਗਾ ਉਹ ਆਪਣੀ ਪਹਿਚਾਣ ਦੱਸਣ ਦੀ ਲੋੜ ਨਹੀਂ ਪੈਂਦੀ ਉਹ ਆਪਣੇ ਆਪ ਦੇ ਵਿੱਚ ਪਹਿਚਾਣ ਹੈ ਉਹ ਜਿਹੜੀ ਪਹਿਚਾਣ ਹੈ ਉਹਨੂੰ ਦੱਸਣ ਦੀ ਲੋੜ ਨਹੀਂ ਪਵੇਗੀ ਉਹ ਆਪਣੇ ਆਪ ਦੀ ਜਿਹੜੀ ਪਹਿਚਾਣ ਹੈ ਕਿ ਉਹਨੂੰ ਕਿਹਾ ਜਾਏਗਾ ਕਿ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਤੇ ਅੱਜ ਆਪਣੀ ਜਿਹੜੀ ਹਾਲਾਤ ਹੈ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਵਿਖੇ ਬਾਅਦ ਉਸ ਬੱਚੇ ਨੇ ਬੜੀ ਭਾਵਨਾ ਦੇ ਅੰਦਰ ਉੱਥੇ ਉਹ ਜਦੋਂ ਬੇਨਤੀ ਕੀਤੀ ਤੇ ਘਰ ਆਇਆ ਉਹਨੇ ਕਿਹਾ ਪਿਤਾ ਜੀ ਮੈਂ ਅੱਜ ਕਹਿਣ ਲੱਗਾ ਜਾ ਕੇ ਪਟਨਾ ਸਾਹਿਬ ਜਾ ਕੇ ਸ਼ੁਕਰਾਨਾ ਕਰਕੇ ਆ ਜਿਸ ਪਾਤਸ਼ਾਹ ਨੇ ਤੇਰੀ ਇਸ ਲਾਇਕ ਰੱਖੀ ਤੇ ਤੈਨੂੰ ਸਭ ਤੋਂ ਸੁੰਦਰ ਬਣਾਇਆ ਔਰ ਉਸ ਦੇ ਜਿਹੜੇ ਨਾਲ ਦੇ ਸਿੱਖ ਇਹਨਾਂ ਦੇ ਕਾਲਜ ਦੇ ਉਹ ਬਾਅਦ ਚ ਬੜੇ ਸ਼ਰਮਿੰਦੇ ਹੋਏ ਕਿ ਆਪਾਂ ਤਾਂ ਕੇਸ ਕਟਾ ਕੇ ਪੱਗਾਂ ਲਾ ਕੇ ਕੇਸ ਵੀ ਆਪਾਂ ਤੇ ਸਾਬਤ ਕਰਾਂਗੇ ਸਭ ਤੋਂ ਸੁੰਦਰ ਬਣਾਂਗੇ ਨਹੀਂ ਭਾਈ ਤੁਸੀਂ ਜਦ ਤੱਕ ਦਸਮ ਪਾਤਸ਼ਾਹ ਦੀ ਤੁਹਾਡੇ ਤੇ ਬਖਸ਼ਿਸ਼ ਹੈ ਉਹਦਾ ਪੈਰਾ ਹੈ ਜਦੋਂ ਤੱਕ ਉਹਦਾ ਪੈਰਾ ਉਹ ਤੁਹਾਨੂੰ ਸੁੰਦਰ ਬਣਾ ਕੇ ਰੱਖੇਗਾ ਜਿੱਦਣ ਕੇਸ ਕਟਾ ਕੇ ਤੁਸੀਂ ਦੇ ਘਰ ਚੱਲੋ ਪਾਤਸ਼ਾਹ ਨੇ ਕਿਹਾ ਜਿੱਦਣ ਦਰਖਤ ਦੀ ਜੜ੍ਹ ਕੱਟੀ ਜਾਵੇ ਤਾਂ ਉਹ ਦਰਖਤ ਸੁੱਕ ਜਾਂਦਾ ਕਦੀ ਉਹ ਦਰਖਤ ਹਰਾ ਨਹੀਂ ਇਸ ਕਰਕੇ ਕਦੀ ਇਦਾਂ ਦੀ ਮਤ ਨਾ ਬਣਾ ਲੈਣੀ ਕਿ ਅਸੀਂ ਆਪਣੀ ਕੇਸ ਕਟਾ ਕੇ ਤੇ ਬੜੇ ਸੋਹਣੇ ਲੱਗਾ ਜਿੱਦਾਂ ਸਾਡਾ ਮੀਡੀਆ ਅੱਜ ਉਹ ਦਿਖਾਇਆ ਜਾਂਦਾ ਜੀ ਪੁੱਤ ਸਰਦਾਰਾਂ ਦੇ ਕੰਨਾਂ 'ਚ ਮੁੰਦਰਾ ਪਾਈਆਂ ਤੇ ਵਾਲ ਕੱਟੇ ਹੋਏ ਉਹ ਸਾਡੀ ਮਾਨਸਿਕਤਾ ਨੂੰ ਦਿਖਾਉਣ ਵਾਸਤੇ ਕੁਛ ਕੀਤਾ ਜਾ ਰਿਹਾ ਦੇਖੋ ਜਦੋਂ ਅਸੀਂ ਜੰਗਾਂ ਲੜੀਆਂ ਸਾਡਿਆਂ ਦੇ ਤਾਂ ਕਰਵਾਉਣ ਨਾਲ ਤੇ 800 ਸਾਲ ਦੀ ਗੁਲਾਮੀ ਕੱਟੀ ਮੁਗਲਾਂ ਦੀ ਜਾਂ 200 ਸਾਲ ਅੰਗਰੇਜ਼ਾਂ ਦੇ ਰਾਜ ਨੂੰ ਅਸੀਂ ਤਾਕਤ ਨਾਲ ਕੱਟਿਆ ਪਰ ਅੱਜ ਹਾਲਾਤ ਹੈ ਜਿਹੜੀ ਸਾਡੀ ਗੁਲਾਮੀ ਹੋ ਰਹੀ ਹੈ ਉਹ ਮਾਨਸਿਕ ਦੀ ਗੁਲਾਮੀ ਉਹ ਮਾਨਸਿਕ ਦੀ ਗੁਲਾਮੀ ਕਰਕੇ ਅਸੀਂ ਇੰਨੇ ਗੁਲਾਮ ਹੋ ਗਏ ਤੇ ਮੀਡੀਆ 'ਚ ਸਾਨੂੰ ਦਿਖਾਇਆ ਜਾਂਦਾ ਪੰਜਾਬੀ ਦਾ ਜਿੰਨਾ ਮੀਡੀਆ ਤੁਸੀਂ ਚੈਨਲਾਂ ਦੇਖਦੇ ਹੋਵੋਗੇ ਤੇ ਕੰਨਾਂ 'ਚ ਮੁੰਦਾ ਪਾਈਆਂ ਵਾਲ ਕੱਟੇ ਹੋਏ ਤੇ ਅਸੀਂ ਸ਼ੋਅ ਕਰਦੇ ਹਾਂ ਪੁੱਤ ਸਰਦਾਰਾਂ ਨੂੰ ਕੀ ਦਿਖਾ ਰਹੇ ਹਾਂ ਅਸੀਂ ਬੱਚਿਆਂ ਨੂੰ ਤੇ ਸਾਡੇ ਬੱਚੇ ਵੀ ਉਹੀ ਡਾਕਟਰ ਕਰ ਰਹੇ ਆਓ ਗੁਰੂ ਕਿਰਪਾ ਕਰੇ ਇਦਾਂ ਦੀ ਕਿਤੇ ਭਾਵਨਾ ਨਾ ਬਣਾਣੀ ਕਿ ਮੈਂ ਕੇਸ ਕਟਾ ਕੇ ਦੁਨੀਆ ਤੋਂ ਸੋਹਣਾ ਬਣਾਂਗਾ ਉੱਥੇ ਦਸਮ ਪਾਤਸ਼ਾਹ ਨੇ ਕਿਹਾ ਪਿਆਰਿਆ ਮੈਂ ਤੇਰਾ ਮਗਰ ਮਗਰ ਪਹਿਰਾ ਕੱਟਣਾ ਹੈ ਜਿੱਥੋਂ ਤੱਕ ਤੂੰ ਜਾਣਾ ਹੈ ਤੇ ਕਦੇ ਇਹੋ ਜਿਹਾ ਕੰਮ ਨਾ ਕਰੀ ਜੇ ਦਰਖਤ ਦੀ ਜੜ੍ਹ ਕੱਟੀ ਗਈ ਤੋਂ ਸੁੱਕ ਜਾਂਦਾ ਕਦੀ ਹਰਾ ਨਾ ਹੁੰਦਾ ਇਸ ਕਰਕੇ ਇਹੋ ਜਿਹਾ ਕੰਮ ਨਾ ਕਰੀ ਤੇ ਆਉਣ ਵਾਲੀ ਪੀੜ੍ਹੀਆਂ ਸੁੱਕ ਜਾਣਗੀਆਂ ਇਹ ਕੰਮ ਕਰੀ ਇਸ ਦਸਤਾਰ ਨੂੰ ਸਾਂਭ ਕੇ ਰੱਖੀ ਤੇ ਇਸ ਦਸਤਾਰ ਦੇ ਉੱਤੇ ਦਾ ਸਤਿਕਾਰ ਕਰੀ ਤਾਂ ਧੰਨ ਗੁਰੂ ਇਸੇ ਪਾਤਸ਼ਾਹ ਤੇਰੀ ਆਉਣ ਵਾਲੀ ਪੀੜ੍ਹੀਆਂ ਤੱਕ ਰੱਖਿਆ ਕਰੂੰ ਇਸ ਕਰਕੇ ਇਸ ਦਸਤਾਰ ਦੀ ਮਹੱਤਤਾ ਨੂੰ ਆਪਾਂ ਸਮਝੀਏ ਤੇ ਬੱਚਿਆਂ ਨੂੰ ਦੀ ਬੇਨਤੀ ਹੈ ਅਸੀਂ ਬਾਰ ਬਾਰ ਕੋਸ਼ਿਸ਼ ਕਰਦੇ ਹਾਂ ਵੀ ਬੱਚਿਆਂ ਨੂੰ ਜੋ ਵੀ ਉਪਰਾਲਾ ਹੋ ਸਕਦਾ ਕੀਤਾ ਜਾਂਦਾ ਹੈ ਕਿ ਭਾਈ ਇਸ ਦਸਤਾਰ ਦੀ ਮਹੱਤਤਾ ਨੂੰ ਇਸ ਕੇਸਾਂ ਦੀ ਮਹੱਤਤਾ ਨੂੰ ਆਪਾਂ ਸਾਂਭ ਕੇ ਰੱਖੀਏ ਇਹਨੂੰ ਅੱਗੇ ਲੈ ਕੇ ਚੱਲੀਏ ਤੇ ਸਾਨੂੰ ਬਾਦਸ਼ਾਹ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੇ ਦਸਤਾਰ ਸਿੱਖੀ ਨੂੰ ਸਾਂਭ ਕੇ ਰੱਖਣਗੇ ਗੁਰੂ ਕਿਰਪਾ ਕਰੇ ਏਕਤਾ ਦੀ ਭਾਵਨਾ ਬਣਾ ਕੇ ਰੱਖੀਏ ਤੇ ਸਾਡੇ ਦੇ ਮਾਲਕ ਕਿਰਪਾ ਕਰਨਗੇ ਆਓ ਅਗਲੀ ਬੇਨਤੀ ਜਿਹੜੀ ਹੈ ਉਹ ਭਾਈ ਗੁਜਰ ਸਿੰਘ ਜੀ ਅਸੀਂ ਬੱਚਿਆਂ ਪ੍ਰਤੀ ਕਰਨਗੇ ਬੱਚਿਆਂ ਨੂੰ ਬੇਨਤੀ ਹੈ ਕਿ ਆਓ ਆਪਾਂ ਥੋੜ੍ਹਾ ਜਿਹਾ ਡਿਸਪਲਿਨ 'ਚ ਬੈਠੀਏ ਕਿਉਂਕਿ ਗੁਰਦੁਆਰਾ ਸਾਹਿਬ ਹੈ ਇੱਥੇ ਥੋੜ੍ਹਾ ਡਿਸਪਲਿਨ 'ਚ ਰਹਿ ਕੇ ਰਹੀਏ ਤਾਂ ਆਪਣਾ ਜਿਹੜਾ ਅਗਲਾ ਮੁਕਾਬਲਾ ਉਹ ਸ਼ੁਰੂ ਕਰਨ ਦੀ ਕੋਸ਼ਿਸ਼ ਕਰੀਏ ਇਹਦੀ ਬੇਨਤੀ ਪ੍ਰਵਾਨ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ